ਹੁਣ 13045 ਜਾਂ ਐਨਪੀਕੇ ਦੀ ਸਪਰੇ ਦਾ ਸਮਾਂ ਨਰਮੇ ਦੀ ਫਸਲ ਲਗਭਗ ਖਤਮ ਹੋ ਗਿਆ। ਅਗਰ ਕਿਸੇ ਵੀਰ ਦਾ ਨਰਮਾ ਪਛੇਤਾ ਤਾਂ ਉਹ ਵੀਰ ਐਨਪੀਕੇ ਦੀ ਸਪਰੇ ਕਰ ਸਕਦਾ। ਦੋਸਤੋ ਜਦੋਂ ਇਸ ਸਟੇਜ ਤੇ ਨਰਮਾ ਆਉਂਦਾ ਤਾਂ ਉੱਲੀ ਰੋਗ ਲੱਗਣ ਦੇ ਚਾਂਸ ਵੱਧ ਜਾਂਦੇ ਆ। ਇੱਕ ਤਾਂ ਹਵਾ ਕਰੋ ਸੋਣੋਂ हट ਜਾਂਦੀ ਆ। ਥੱਲੋਂ ਤਾਂ ਕਬੂਟਾਂ ਧੁੱਪ ਨਹੀਂ ਪੈਂਦੀ। ਫਿਰ ਬੂਟਿਆਂ ਤੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਦੋਸਤੋ ਜਿੰਨਾ ਵੀਰਾਂ ਨੇ ਹੁਣ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤਾਂ ਜੋ ਹਰ ਖੇਤੀ ਸਬੰਧੀ ਜਾਣਕਾਰੀ ਤੁਹਾਡੇ ਫੋਨ ਤੱਕ ਪਹੁੰਚ ਸਕੇ ਤੇ ਦੋਸਤੋ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਜੋ ਹੋਰ ਕਿਸਾਨ ਵੀਰਾਂ ਕੋਲ ਵੀ ਜਾਣਕਾਰੀ ਪੁੱਜ ਸਕੇ ਦੋਸਤੋ ਨਰਮੇ ਤੇ ਅਲਟਰਨੇਰੀਆ ਸਪੋਰਟ ਮਾਇਰੋਥੀਸੀਅਮ ਬੈਕਟੀਰੀਅਲ ਬਲਾਈਟ ਤੇ ਸਰਕੋਸਪੋਰਾ ਸਪੀਸੀਸ ਨਾਂ ਦੀ ਉੱਲੀ ਕਰਕੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਹਦੇ ਲੱਛਣਾਂ ਤੋਂ ਸ਼ੁਰੂ ਕਰਦੇ ਹਾਂ ਦੋਸਤੋ ਇਹ ਇੱਕ ਬੈਕਟੀਰੀਅਲ ਬਿਮਾਰੀ ਹੈ ਜਿਹੜੀ ਬੀਜ ਤੇ ਮਿੱਟੀ ਰਾਹੀਂ ਫਨਪਦੀ ਹੈ ਇਹਦੇ ਹਮਲੇ ਨਾਲ ਪੱਤਿਆਂ ਦੇ ਦੋਵੇਂ ਪਾਸੇ ਪਾਣੀ ਭਿੱਜੇ ਨੋਕਦਾਰ ਥੱਬੇ ਬਣਦੇ ਆ ਫਿਰ ਇਹੀ ਥੱਬੇ ਭੂਰੇ ਤੇ ਫਿਰ ਕਾਲੇ ਹੁੰਦੇ ਆ ਇਹਦੇ ਨਾਲ ਪੱਤਾ ਸੁੱਕ ਜਾਂਦਾ ਤੇ ਇਹਦੇ ਹਮਲੇ ਨਾਲ ਪੱਤਿਆਂ ਦੀਆਂ ਨਾਲੀਆਂ ਵੀ ਕਾਲੀਆਂ ਹੋ ਜਾਂਦੀਆਂ ਇਹਦਾ ਹਮਲਾ ਟੀਂਡਿਆਂ ਤੇ ਵੇਖਣ ਨੂੰ ਵੀ ਮਿਲਦਾ ਟੀਂਡਿਆਂ ਤੇ ਵੀ ਥੱਬੇ ਬਣਦੇ ਆ ਜੇਕਰ ਇਹਦਾ ਹਮਲਾ ਜ਼ਿਆਦਾ ਹੁੰਦਾ ਫਿਰ ਟਾਹਣੀਆਂ ਤੇ ਵੀ ਇਹਦੇ ਤੱਬੇ ਨਜ਼ਰ ਆਉਂਦੇ ਆ ਜੀਹਦੇ ਕਰਕੇ ਟਾਹਣੀਆਂ ਸੁੱਕ ਜਾਂਦੀਆਂ ਜਦੋਂ ਵਾਸ਼ੜ ਵਾਲੀ ਬਾਰਿਸ਼ ਹੁੰਦੀ ਹੈ ਸ਼ੁਰੂਆਤ ਵਿੱਚ ਉਸ ਸਮੇਂ ਮਿੱਟੀ 'ਚ ਬੈਕਟੀਰੀਆ ਪੱਤਿਆਂ ਤੇ ਪੈ ਜਾਂਦੇ ਆ ਜਿਸ ਸਮੇਂ ਥੋੜਾ ਗਰਮ ਮੌਸਮ ਤੇ 85% ਤੱਕ ਨਮੀ ਦੀ ਮਾਤਰਾ ਹਵਾ ਵਿੱਚ ਬਣੀ ਹੋਵੇ ਉਸ ਸਮੇਂ ਇਹਦਾ ਹਮਲਾ ਹੋਣ ਦੇ ਚਾਂਸ ਵੱਧ ਜਾਂਦੇ ਆ ਦੋਸਤੋ ਅਗਰ ਇਸ ਦੇ ਲਈ ਤੁਸੀਂ ਫੰਗੀਸਾਈਡ ਦੀ ਸਪਰੇਅ ਕਰਦੇ ਹੋ ਤਾਂ ਉਹਦੇ ਨਾਲ ਕੋਈ ਲਾਭ ਨਹੀਂ ਮਿਲਣਾ ਕਿਉਂਕਿ ਇਹ ਬਿਮਾਰੀ ਬੈਕਟੀਰੀਸਾਈਡ ਨਾਲ ਹੀ ਕੰਟਰੋਲ ਹੋਣੀ ਹੈ। ਅਗਰ ਤੁਹਾਨੂੰ ਕਿਸੇ ਵੀ ਸਮੇਂ ਤੱਬੇ ਪੱਤਿਆਂ ਤੇ ਵੇਖਣ ਨੂੰ ਮਿਲਦੇ ਆ ਤਾਂ ਫੰਗੀਸਾਈਡ ਨਾਲ ਸਟ੍ਰੈਪਟੋ ਜ਼ਰੂਰ ਵਰਤਿਆ ਕਰੋ। ਜਿਹੜੀ ਉਹ ਖੱਟੀ ਜਿਹੀ ਪੂੜੀ ਆਉਂਦੀ ਹੈ 6 ਗ੍ਰਾਮ ਦੀ ਉਹ ਆਪਾਂ 12 ਗ੍ਰਾਮ ਵਰਤਣੀ ਹੁੰਦੀ ਹੈ। ਕਿਉਂਕਿ ਕਈ ਵਾਰੀ ਫਾਰਮਰ ਨੂੰ ਇਹ ਹੁੰਦਾ ਹੈ ਕਿਸਾਨ ਵੀਰਾਂ ਨੂੰ ਇਹ ਹੁੰਦਾ ਹੈ ਵੀ ਤੱਬਿਆਂ ਦੀ ਪਛਾਣ ਨਹੀਂ ਹੁੰਦੀ ਚੰਗੀ ਤਰ੍ਹਾਂ ਕਿਉਂਕਿ ਇਹ 3-4 ਤਰ੍ਹਾਂ ਦੇ ਤੱਬੇ ਹੁੰਦੇ ਆ ਤਾਂ ਕਰਕੇ ਇਹਦਾ ਕੋਈ ਖਰਚਾ ਵੀ ਜ਼ਿਆਦਾ ਨਹੀਂ ਹੁੰਦਾ ਸਟ੍ਰੈਪਟੋ ਦਾ। ਥੋੜਾ ਜਿਹਾ ਖਰਚਾ ਹੁੰਦਾ ਹੈ। ਤੇ ਅਗਰ ਕਿਸੇ ਵੀ ਤੁਸੀਂ ਫੰਗੀਸਾਈਡ ਦੀ ਸਪਰੇਅ ਕਰਦੇ ਹੋ ਤਾਂ ਉਹਦੇ ਨਾਲ ਇਹਨੂੰ ਜ਼ਰੂਰ ਵਰਤਿਆ ਕਰੋ ਤੇ ਦੋਸਤੋ ਜਿਹੜੇ ਦੂਸਰੇ ੱੱਬੇ ਬਣਦੇ ਆ ਜਿਵੇਂ ਅਲਟਰਨੇਰੀਆ ਜਾਂ ਦੂਸਰੇ ੱੱਬੇ ਆ ਇਹਨਾਂ ਦੇ ਲੱਛਣਾਂ ਤੇ ਕੰਟਰੋਲ ਬਾਰੇ ਆਪਾਂ ਅਗਲੀ ਵੀਡੀਓ 'ਚ ਗੱਲ ਕਰਾਂਗੇ ਇਹ ਵੀਡੀਓ ਆਪਾਂ ਜ਼ਿਆਦਾ ਲੰਬੀ ਨਹੀਂ ਕਰਨੀ ਉਮੀਦ ਕਰਦਾ ਇਹ ਦਿੱਤੀ ਜਾਣਕਾਰੀ ਤੁਹਾਡੇ ਲਈ ਲਾਹੇਵੰਦ ਹੋਵੇਗੀ ਅਗਰ ਦਿੱਤੀ ਜਾਣਕਾਰੀ ਚੰਗੀ ਲੱਗੇ ਤਾਂ ਵੀਡੀਓ ਨੂੰ ਕਰੋ ਲਾਈਕ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਨਾਲ ਹੀ ਘੰਟੀ ਵਾਲੇ ਬਟਨ ਦੇ ਜ਼ਰੂਰ ਕਲਿੱਕ ਕਰ ਦਿਆ ਕਰੋ ਤਾਂ ਜੋ ਹਰ ਨਵੀਂ ਅਪਡੇਟ ਤੁਹਾਡੇ ਫੋਨ ਤੱਕ ਪਹੁੰਚ ਸਕੇ ਧੰਨਵਾਦ